ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਅਨਮੋਲ ਪੰਜਾਬ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਫੈਸਲ ਜੋਈਆ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕੋਨ ਨੂੰ ਕਰੋ ਪ੍ਰੈਸ, ਤੱਕ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਸਾਡੇ ਵੀਰਾਂ ਤੱਕ ਬਾਸਾਨੀ ਪਹੁੰਚ ਸਕੇ। ਦੋਸਤੋ, ਅੱਜ ਅਸੀਂ ਅਨਮੋਲ ਪੰਜਾਬ ਟੀਵੀ 'ਤੇ ਦੋ ਮੱਝਾਂ ਦੀ ਵੀਡੀਓ ਲੈ ਕੇ ਆਏ ਹਾਂ। ਤੀਸਰਾ ਸੂਆ ਇਹਨਾਂ ਮੱਝਾਂ ਨੇ ਸੁਣਿਆ। ਦਿਨ ਜਨਾਬ 8 ਤੋਂ 10 ਦਿਨ ਲੈਂਦੀਆਂ ਨੇ ਜਨਾਬ ਸੂਨ ਦੇ ਵਿੱਚ। ਮੇਰਾ ਕੈਮਰਾਮੈਨ ਕਰਾਏਗਾ ਤਸਲੀਆਂ, ਉਸ ਤੋਂ ਬਾਅਦ ਸਾਰੀ ਗੱਲਬਾਤ ਕਰਨੀ ਹੈ ਮਾਲਕਾਂ ਦੇ ਨਾਲ। ਆਰਿਫ ਵਾਲਾ ਖਾਸ ਆਪਣੀ ਲੋਕੇਸ਼ਨ ਹੈ, ਮੱਝ ਨੰਬਰ 1 ਕੈਮਰੇ ਦੀ ਨਜ਼ਰ, ਮਾਸ਼ਾਅੱਲਾ ਥੁੱਬਿਆਂ ਦੇ ਹਵਾਨੇ। ਪਹਿਲਣਾ ਚੋਟੀਆਂ ਵਾਲਾ ਥਣ ਲੱਗਿਆ ਮੱਝ ਨੂੰ, ਸੂਆ ਮੱਝ ਨੇ ਤੀਸਰਾ ਸੂਣਾ ਹੈ। ਵਿਹੜੇ ਜੁੱਡੀ ਮੱਝ ਹੈਗੀ ਹੈ, ਤੁੰਨੀ ਕੋੜੀ ਦਾ ਨਿਸ਼ਾਨ ਤੱਕ ਨਹੀਂ ਹੈ ਮੱਝ ਨੂੰ। ਤੀਸਰਾ ਸੂਆ ਇਹ ਮੱਝ ਸੂਦੀ ਹੈ, ਮੱਝ ਨੰਬਰ 1 ਕੈਮਰੇ ਦੀ ਨਜ਼ਰ ਹੈ। ਮੇਰਾ ਕੈਮਰਾਮੈਨ ਤਸਲੀਆਂ ਕਰਵਾ ਰਿਹਾ ਹੈ। ਜਿਨ੍ਹਾਂ ਦੋਸਤਾਂ ਨੇ, ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਾਡੀ ਇਹ ਖਸੂਸੀ ਰਿਕੁਐਸਟ ਹੈ ਕਿ ਅਨਮੋਲ ਪੰਜਾਬ ਦੀ ਵੀ ਤੁਹਾਡਾ ਆਪਣਾ ਚੈਨਲ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਪਿਓਰ ਨੀਲੀ ਦੀਆਂ ਮੱਝਾਂ ਔਰ ਅੱਛੀ ਨਸਲ ਜਾਤ ਦੀਆਂ ਗਾਵਾਂ ਦੇਖਣ ਔਰ ਖਰੀਦਣ ਵਾਸਤੇ ਅਨਮੋਲ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਮੈਂ ਲਾਇਆ ਵਾਪਸ ਠੀਕ ਉੱਥੇ ਬਸ ਉੱਥੇ ਬਸ ਨਹੀਂ ਲਾਇਆ ਸੀ ਸਿਆਹ ਕਾਲੀ ਸਿਰ ਤੋਂ ਰੱਖ ਕੇ ਪੈਰਾਂ ਤੱਕ ਕੋਇਲੇ ਦੀ ਕਾਂ ਹੈ ਔਰ ਜਨਾਬ ਦੋਤੀ ਨਹਿਰ ਕੈਮਰੇ ਦੀ ਨਜ਼ਰ ਹੈ। ਚਾਚਾ ਕਿੰਨਵਾ ਸੂਆ ਸੁਣਿਆ ਮਾਈ ਨੇ? ਮੈਂ ਨਤੀਜਾ ਜੀ ਤੀਸਰਾ ਸੂਆ ਸੁਣਦੀ ਹੈ। ਦਿਨ ਕਿੰਨੇ ਕੁ ਲੈਂਦੀ ਮੈਂ? ਮੈਂ ਕੱਢੇਗੀ 7 ਤੋਂ 8 ਦਿਨ। 7 ਤੋਂ 8 ਦਿਨ ਮਾਈ ਸੂਣ ਦੇ ਵਿੱਚ ਲੈਂਦੀ ਹੈ। ਦੂਸਰੇ ਸੂਏ ਆਪਾਂ ਮਾਣ ਚੋਂਦੇ ਰਹੇ, ਆਪਾਂ ਕਿਲੋ ਚੋਂਦੇ ਰਹੇ, ਇਸ ਸੂਏ ਦੀ ਕੀ ਗਰੰਟੀ ਹੈ? ਇਨਸ਼ਾਅੱਲਾ 20 ਸ਼ੇਰ ਦੀ। 20 ਕਿਲੋ ਦੁੱਧ ਕਿੰਨੇ ਦਿਨਾਂ ਬਾਅਦ ਸੂਣ ਤੋਂ? 10 ਦਿਨਾਂ ਬਾਅਦ। ਹਾਂਜੀ, ਪਿਓਰ ਨੀਲੀ ਦੀ। ਥਣਾਂ ਦੇ ਵਿੱਚ ਵਾਧਾ ਘਾਟਾ ਛੱਟਾ ਫੁਆਰਾ ਛੱਟਾ ਫੁਆਰਾ ਆਪਣਾ ਹੋਵੇਗਾ, ਮੁਕੰਮਲ ਗਰੰਟੀ ਹੈ, ਮੁਕੰਮਲ ਗਰੰਟੀ। ਕਿੰਨੇ ਪੈਸੇ ਨੇ ਪਿਆਰ ਮੁਹੱਬਤ ਵਾਲੇ? ਇਹਦਾ ਮੁੱਲ ਤਾਂ ਕਰਾਮੇ 5.5। ਅੱਛਾ ਜੀ, 5.30 ਦੀ ਲੈ ਜਾਓ ਮੁੱਲ, 5.5 5.30 ਦੀ ਫਾਈਨਲ ਦੇਣੀ ਹੈ। ਹਾਂਜੀ, ਉਹ ਭਰਾ ਚੱਲ ਕੇ ਆਵੇ ਫੋਨ ਨਹੀਂ ਵੀ ਗੁਜਾਇਸ਼ ਮੇਰਾ ਛੱਡੀ ਦਾ ਕੋਰੀ, ਪਰ ਜੇ ਤੁਸੀਂ ਆਉਂਦੇ ਜਬ ਕਰ ਲਾਂਗੇ ਗੁਜਾਇਸ਼ ਤਾਂ ਕੋਈ ਨਹੀਂ ਵੀ ਗੁਜਾਇਸ਼ ਹੋ ਜਾਏਗੀ। ਹਾਂਜੀ, ਠੀਕ ਹੋ ਗਿਆ ਜੀ। ਕੈਮਰਾਮੈਨ ਸਾਹਿਬ ਮੱਝ ਨੰਬਰ 2 ਵੀ ਦਿਖਾਓ। ਚਾਚਾ ਇਹਨੇ ਕਿੰਨਾ ਸੂਆ ਸੁਣਿਆ? ਉਹ ਵੀ 30 ਕੋ। ਤੀਸਰੇ ਸੂਏ ਦਿਨ ਕਿੰਨੇ ਕੋ ਲੈਂਦੀ? ਉਹ 6-7 ਦਿਨ ਵੀ ਕੱਢੇਗੀ। 6-7 ਦਿਨ ਉਹ ਮੱਝ ਕੱਢੇਗੀ ਤੇ ਉਹਦੀ ਦੁੱਧ ਦੀ ਕੀ ਗਰੰਟੀ? ਇਨਸ਼ਾਅੱਲਾ ਸਲਕੇ 5 ਦਿਨ ਦੀ ਉਹਦੀ ਗਰੰਟੀ 20 ਸ਼ੇਰ ਦੀ, ਉਹਦੇ ਵੀ 20 ਕਿਲੋ ਦੀ ਹੈ। ਠੀਕ ਹੋ ਗਿਆ, ਇਹਦੀ ਵੀ ਆਪਣੀ ਮੁਕੰਮਲ ਗਰੰਟੀ ਹੋਏਗੀ, ਥਾਣ ਵਾਨੇ ਦੀ, ਛੱਟੇ ਫੁਆਰੇ ਦੀ। ਹਾਂਜੀ, ਮੁਕੰਮਲ ਹੈ। ਵੈਦ ਵੇਖੋ ਨਾ ਜਿਸਮ ਨਹੀਂ ਨਹੀਂ ਬਰੀਕ ਬਰੀਕੀਆਂ ਮੇਰੀਆਂ। ਇਹਦੇ ਕਿੰਨੇ ਪੈਸੇ ਨੇ? ਇਹਦਾ ਮੁੱਲ ਤਾਂ ਕਹਿੰਦਾ 5.60। ਅੱਛਾ ਜੀ, 5.5 ਦੀ ਮੈਂ ਦੇਵਾਂ। ਕੋਈ ਹੋਰ ਗੁਜਾਇਸ਼ ਕਰ ਲਾਂਗੇ ਘੁੰਮੋ, ਪਤਾ ਜਿਹੜੇ ਕੋਲ ਆਵੇਗਾ ਤਾਂ ਆਪਾਂ ਬਿਲਕੁਲ ਮੁੱਲ ਕਰ ਕੋਲ ਕੇ ਜ਼ਰਾ ਟੋਰ ਹੈ। ਲਓ ਜੀ ਦੋਸਤੋ, ਮੱਝ ਨੰਬਰ 2 ਕੈਮਰੇ ਦੀ ਨਜ਼ਰ ਹੈ।
ਮੇਰਾ ਕੈਮਰਾਮੈਨ ਤਸਲੀਆਂ ਕਰਵਾ ਰਿਹਾ ਹੈ। ਦੋਵਾਂ ਮੱਝਾਂ ਨੇ ਤੀਸਰਾ ਸੁਬਾਹ ਸੁਣਿਆ, ਦਿਨ 5 ਤੋਂ 7 ਜਾਂ 8 ਤੋਂ 10 ਸੂਨ ਦੇ ਵਿੱਚ ਲੈ ਜਾਣਗੀਆਂ। 20-20 ਕਿਲੋ ਦੀ ਗਰੰਟੀ ਹੈ ਦੋਨਾਂ ਜਾਨਵਰਾਂ ਦੀ। ਬਰੀਕ ਜਾਨਵਰ ਨੇ, ਮੋਟੇ ਚੰਮ ਨਹੀਂ ਹੈ। ਕੁੜੀ ਪੈਰ ਮੈਂ ਦੇਖੋ, ਮੱਝ ਨੰਬਰ 1 ਜਿਹੜੀ ਉਹਦੀ ਡਿਮਾਂਡ ਕਰਦੇ ਨੇ ਚਾਚੀ ਹਰੀ 5.5 ਲੱਖ ਰੁਪਇਆ, 5,30,000 ਦੀ ਉਹ ਫਾਈਨਲ ਦੇਣੀ ਹੈ। ਮੱਝ ਨੰਬਰ 2 ਦੀ ਡਿਮਾਂਡ 5,60,000, 5.5 ਫਿਰ ਬਗਰ ਫਾਈਨਲ ਹੈ। ਰਾਬਤਾ ਨੰਬਰ 0311-65-1132, 0311-65-1132 ਇਸੇ ਨੰਬਰ 'ਤੇ ਆਪਣਾ ਵਟਸਐਪ ਬਣਿਆ ਦੋਸਤੋ। ਅਗਰ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਪਸੰਦ ਆਏ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਜ਼ਿੰਦਗੀ ਲਈ ਮਿਲਾਂਗੇ ਇੱਕ ਨਈ ਵੀਡੀਓ ਦੇ ਨਾਲ। ਆਪਣੇ ਮੇਜ਼ਬਾਨ ਫੈਸਲ ਜੋਈਅਨ ਦੀ ਇਜਾਜ਼ਤ, ਅੱਲਾ ਹਾਫਿਜ਼।